ਜਿੱਥੇ ਇੱਕ ਪਾਸੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਇਹ ਕਾਨੂੰਨ ਮਹਾਰਾਸ਼ਟਰ ਦੇ ਇੱਕ ਕਿਸਾਨ ਲਈ ਲਾਹੇਵੰਦ ਸਾਬਿਤ ਹੋਏ ਨੇ। ਜਾਰੀ ਕੀਤੇ ਗਏ ਨਵੇਂ ਫਾਰਮ ਕਾਨੂੰਨ ਅਨੁਸਾਰ ਖਰੀਦਦਾਰ ਨੂੰ ਫਸਲ ਖਰੀਦਣ ਦੇ 3 ਦਿਨਾਂ ਦੇ ਅੰਦਰ ਅੰਦਰ ਕਿਸਾਨ ਨੂੰ ਅਦਾਇਗੀ ਕਰਨੀ ਪੈਂਦੀ ਹੈ, ਪਰ 4 ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਵਪਾਰੀਆਂ ਨੇ ਮਹਾਰਾਸ਼ਟਰ ਦੇ ਇਸ ਕਿਸਾਨ ਨੂੰ ਪੈਸੇ ਨਹੀਂ ਦਿੱਤੇ, ਜਿਸ ਕਰਕੇ ਉਸਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਅਥਾਰਟੀ ਦੇ ਲੋਕਾਂ ਨੇ ਜਾਂਚ ਕਰਨ ਤੋਂ ਬਾਅਦ ਕਿਸਾਨ ਦਾ 2,85,000 ਰੁਪਏ ਦਾ ਬਕਾਇਆ ਉਸ ਨੂੰ ਵਾਪਸ ਦਿਲਵਾਇਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ 'ਚੋਂ ਇਸ ਕਾਨੂੰਨ ਦਾ ਉਦੇਸ਼ ਕਿਸਾਨਾਂ ਦੀਆਂ ਜਿਣਸਾਂ ਦੀ ਖਰੀਦ ਵੇਚ ਦੇ ਸੰਬੰਧ ਵਿੱਚ ਮਰਜ਼ੀ ਦੀ ਚੋਣ ਦਾ ਇੰਤਜ਼ਾਮ ਕਰਨਾ ਹੈ। ਅਜਿਹਾ ਕਰਨ ਨਾਲ ਕਿਸਾਨਾਂ ਨੂੰ ਉਹਨਾਂ ਦੀਆਂ ਜਿਣਸਾਂ ਦੀਆਂ ਲਾਹੇਵੰਦ ਕੀਮਤਾਂ ਮਿਲਣਗੀਆਂ। ਬਿਊਰੋ ਰਿਪੋਰਟ, ਸਾਂਝ ਟੀਵੀ। ਹੁਣ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਐਬਸੋਲਿਊਟ ਓਵਰਸੀਜ਼ ਨੇ ਖੋਲ੍ਹੇ ਦਰਵਾਜ਼ੇ। ਕੀਤਾ ਵੱਡਾ ਐਲਾਨ, ਕਹਿੰਦੇ 80% ਨੰਬਰਾਂ ਵਾਲੇ ਸਟੂਡੈਂਟਸ ਕੋਲੋਂ ਨਹੀਂ ਲਿਆ ਜਾਵੇਗਾ 1 ਵੀ ਰੁਪਿਆ। ਵੀਜ਼ਾ ਦੇਵਾਂਗੇ 100% ਫ੍ਰੀ। ਇੱਕੋ ਛੱਤ ਥੱਲੇ ਕਰੋ ਆਇਲਸ ਅਤੇ ਲਗਵਾਓ ਵੀਜ਼ਾ। ਐਬਸੋਲਿਊਟ ਓਵਰਸੀਜ਼ ਵਾਲੇ ਪੰਜਾਬ ਵਿੱਚ ਪਹਿਲੇ ਅਜਿਹੇ ਕੰਸਲਟੈਂਟ ਜੋ ਛਾਤੀ ਠੋਕ ਕਰ ਰਹੇ ਚੈਲੇਂਜ। ਜੇਕਰ ਤੁਸੀਂ ਏਜੰਟਾਂ ਦੇ ਚੱਕਰ ਕੱਟ ਕੱਟ ਪੈਸੇ ਖਰਾਬ ਕਰ ਚੁੱਕੇ ਹੋ ਤਾਂ ਐਬਸੋਲਿਊਟ ਓਵਰਸੀਜ਼ SEO 4 ਹਾਂਡਾ ਸਿਟੀ ਸੈਂਟਰ ਓਪੋਜ਼ਿਟ ਬੱਸ ਸਟੈਂਡ ਫਗਵਾੜਾ ਪਹੁੰਚੋ, ਕਿਉਂਕਿ ਇਹਨਾਂ ਦਾ ਇੱਕੋ ਇੱਕ ਅਸੂਲ, ਪਹਿਲਾਂ ਵੀਜ਼ਾ ਤੇ ਫਿਰ ਪੈਸੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 98881 98882 99887 24546 79997 00001।